ਵੀਰ ਮਿਰੋ ਮੇਰੇ ਸਰੀਰ ਤੇ ਹਰ ਜ਼ਖਮ ਦਾ ਇੱਕ ਇੱਕ ਦਾਗ ਮੈਨੂੰ ਮੇਰੇ ਪੁਰਾਣੇ ਦਿਨ ਯਾਦ ਕਰਾਉਂਦਾ ਰਹਿੰਦਾ ਵਾ ਜਦੋਂ ਮੈਂ ਪੀਜੀਆਈ ਦੇ ਹਸਪੀਟਲ ਦੇ ਬੈੱਡ ਦੇ ਉੱਤੇ ਪਿਆ ਸੀਗਾ ਤੇ ਅਰਦਾਸ ਕਰਦਾ ਸੀਗਾ ਕਿ ਰੱਬਾ ਇੱਕ ਵਾਰੀ ਮੈਨੂੰ ਬਚਾ ਲਾ ਇੱਕ ਵਾਰੀ ਮੈਨੂੰ ਬਖਸ਼ ਦੇ ਇਹ ਸਾਰੀ ਜ਼ਿੰਦਗੀ ਮੈਂ ਤੇਰੇ ਲੇਖੇ ਲਾ ਦੂੰਗਾ ਇਹ ਜਿਹੜਾ ਜਨਮ ਮੈਨੂੰ ਦੇਂਗਾ ਨਾ ਇਹ ਤੇਰੇ ਲੇਖੇ ਲਾ ਦੂੰਗਾ ਤੇ ਅੱਜ ਵੀਰੋ ਜਦੋਂ ਮੈਂ ਸ਼ੀਸ਼ੇ ਦੇ ਵਿੱਚ ਖਲੋਨਾ ਵਾਂ ਕੱਪੜੇ ਪਾਉਣਾ ਵਾਂ ਜਦੋਂ ਹੋਣ ਲੱਗਦਾ ਵਾਂ ਤੇ ਜਦੋਂ ਮੈਂ ਆਪਣੇ ਦਾਗ ਦੇਖਦਾ ਵਾਂ ਤੇ ਮੈਨੂੰ ਆਪਣੇ ਰੱਬ ਨਾਲ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਪ੍ਰੋਮਿਸ ਯਾਦ ਆ ਜਾਂਦਾ ਵਾ ਸੋ ਇਹ ਮੈਂ ਆਪਣੀ ਜ਼ਿੰਦਗੀ ਸਾਰੀ ਸੰਗਤ ਨਾਲ ਤਾ ਇਹ ਸ਼ੇਅਰ ਕਰ ਰਿਹਾ ਵਾਂ ਆਪਣਾ ਕਮੀਜ਼ ਲਾ ਕੇ ਤਾ ਸੰਗਤ ਨਾਲ ਸ਼ੇਅਰ ਕਰ ਰਿਹਾ ਵਾਂ ਕਿ ਵੀਰੋ ਕਿਸੇ ਟਾਈਮ ਇਹ ਜਿਹੜੇ ਦਾਗ ਵਾ ਇਹਨਾਂ ਦੇ ਵਿੱਚ ਕੀੜੇ ਪੈ ਸੀਗੇ ਮੈਨੂੰ ਕੋੜ ਹੋਇਆ ਸੀਗਾ ਪਰ ਗੁਰੂ ਰਾਮਦਾਸ ਦੇ ਦਰ ਤੇ ਕੀਤੀ ਹੋਈ ਅਰਦਾਸ ਨਾਲ ਰੱਬ ਨੇ ਇਸ ਨੰ ਇਸ ਨਿਮਾਣੇ ਨੂੰ ਮਾਣ ਬਖਸ਼ਿਆ ਤੇ ਦੁਬਾਰਾ ਤੰਦਰੁਸਤੀ ਦਿੱਤੀ ਤੇ ਅੱਜ ਵੀਰੋ ਮੈਂ ਪੂਰਾ ਤੰਦਰੁਸਤਾਂ ਸੋ ਤਾਦ ਵੀਰੋ ਤੁਹਾਡਾ ਨਾਮ ਸ਼ੇਅਰ ਕਰ ਰਿਹਾ ਹਾਂ ਕਿ ਮੈਂ ਇਸ ਕਰਕੇ ਸੇਵਾ ਦੇ ਵਿੱਚ ਆਇਆ ਸੀਗਾ ਤਾਂ ਸਾਡਾ ਹੁਣ ਆਪਣਾ ਵੀਰੇ ਬਾਬਾ ਲਖਦੇਵ ਤੇ ਤੁਹਾਡੇ ਸਹਿਯੋਗ ਨਾਲ ਰਿਹਾ ਵਾ 1 ਮਹੀਨੇ ਦੇ ਵਿੱਚ ਅੱਜ ਦੇ ਵਿੱਚ ਆਪਾਂ 15 20 ਅਕਸਰ ਆਪਾਂ ਚੱਲ ਰਹੇ ਵਾ ਪਰ ਆ ਜਿਹੜੀ ਸੇਵਾ ਚੱਲ ਰਹੀ ਹੈ ਉਹਦਾ ਤੇ ਨਾਲ ਦੀ ਨਾਲ ਵੀਰੋ ਆਪਾਂ ਭੈਣਾਂ ਦੀ ਸਹਾਇਤਾ ਨਾਲ ਸਹਿਯੋਗ ਦੋ ਸੋ ਵੀਰੋ ਜਿੱਡਾ ਵੱਡਾ ਪ੍ਰੋਜੈਕਟ ਆ ਇਹ ਸਾਡਾ ਇਕੱਲਾ ਦੇ ਵਸ ਦੀ ਗੱਲ ਨਹੀਂ ਆ ਸੋ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਸੇਵਾਵਾਂ ਵਾਸਤੇ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਸੋ ਇਦਾਂ ਹੀ ਆਪਣੇ ਭਰਾਵਾਂ ਦੇ ਸਹਾਰੇ ਆਪਾਂ ਸੇਵਾ ਕਰ ਰਹੇ ਆ ਜਰੂਰ ਸਾਡੇ ਪੇਜ ਨੂੰ ਜਰੂਰ ਲਾਈਕ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਜੀ